non viene. اللهم صل على يا زهراء بك يا زهراء يا زهراء صلوات ساری حضرات پڑھو پھر بھی زبانہ معطر فرماؤ صلوات ساری حضرات مل کے پڑھو نعرہ تکبیر رب علی دا نام کائنات تو افضل ہے سارے حضرات مل کے بولو نعرہ تکبیر نعرہ رسالت نعرہ رسالت نعرہ حیدری نعرہ حیدری نعرہ حیدری سارے مومن یک زبان بولو نعرہ حیدری حسینیت حسینیت یزیدیت یزیدیت اہل بیت دے دشمن تے لعنت دعاں جہاناں دی سین دے دشمن تے لعنت زبانہ معطر فرماؤ صلوات با جماعت سارے حضرات مل کے پڑھو اجازت میں نوکری دی ابتدا کراں ایک گزارش ہے ساڑھے واسطے بڑی واجب القدر دھرتی ہے ذاکر اتنا لمبے لمبے سفر کر کے تھوانو کوئی سناون دی خاطر چاند لفظ اکٹھے کر کے آن دین اگر تھوڑے تے ذاکر دے درمیان فاصلہ ہوئے تے گل چنگی لگ دی نہیں جڑے بزرگو جتے جتے بیٹھے ہو بیٹھے رہو جڑے نوجوان ہو وہ تھوڑے تھوڑے ممبر دے قریب آؤ تاکہ مجلس پاک دا ماحول خوبصورت ہو جائے پاک بی بی تھوڑا سلامت رکھو تھوڑے تھوڑے قدم قدم اگے تشریف لے کے تھوڑا مجلس کا ماحول بناؤ آؤ آؤ میری دعا ہے خالق محمد و آل بیت محمد ساڑے بہت بڑے بزرگ عزادار ملک محمد افضل صاحب مالک انہوں نے اور انہوں نے خاندان دے جتنے لوگ پردہ کر گئے تمام نو سایہ حسنین شریفین نصیب فرمائے مالک عزاداری دا انہوں نے اجر عطا فرمائے اور زیارت آئمہ معصومین نصیب فرمائے اگر سنن دے ارادے جو ہو تو میرا ارادہ ہے کہ تھوڑا مجلس سنائی تو جی میں چپ بیٹھے ہو میں پانچ سات ذاکر پیچھے بیٹھ کے سنن تو میرا دل گھبرا گیا ہے کہ بول دے تو سی ہے نہیں تو پڑھ نہ سکے میں تو جی سنن دے ارادے جو ہو تو میرا دل لے کہ مجلس ہی نہیں پڑھا جی میں نماز شب پڑھی دی ارادہ ہے جناب فنا کو دشت بقا میں اتار دیتا ہے کون حسین جس بادشاہ دے ذکر چاہ کے زمین تے بہونا زمانے دے نواب افضل نماز سمجھن اس سردار نو حسین آدھے فنا کو دشت بقا میں اتار دیتا ہے یہ بے قصوں کے مقدر سوار دیتا ہے یہ بے قصوں کے مقدر سوار دیتا ہے اور تلاش آب میں پیاسے تو مرتے دیکھے ہیں حسین پیاس سے پانی کو مار دیتا ہے اعوذ باللہ من الشیطان اللعین الرجیم بسم اللہ الرحمن الرحیم صلوات الحمد للہ رب العالمین الصلاۃ والسلام علی اشرف الانبیاء
ਵਲ ਮੁਰਸਲੀਨ ਹੈ ਦੀਨ ਅਲੀ ਵੋ ਈਮਾਨ ਅਲੀ ਬੜੀ ਦੁਨੀਆ ਦਰਾਜ ਸਲਾਮਤ ਮਾਲਕ ਪਾਕ ਮਖਦੂਮਾ ਸਲਾਮਤ ਰੱਖਣ ਮੈਂ ਬਿਲਕੁਲ ਥੋੜ੍ਹਾ ਪੜ੍ਹਨਾ ਕਿਉਂਕਿ ਮੇਰੇ ਤੋਂ ਬਾਅਦ ਮਲਕ ਜ਼ੈਨ ਅਬਾਸ ਉਹਦੇ 'ਤੇ ਮੇਰੇ 'ਚ ਫਰਕ ਕੋਈ ਮੇਰਾ ਵੀਰ ਮਲਕ ਜ਼ੈਨ ਅਬਾਸ ਨੇ ਪੜ੍ਹਿਆ ਮਿੰਬਰ ਮੁਹੰਮਦ ਦੀ ਕਿਸਮ ਮੈਂ ਪੜ੍ਹਿਆ ਇੱਕੋ ਗੱਲ ਅਤੇ ਚੌਖਾ ਲੰਬਾ ਵੀ ਨਹੀਂ ਪੜ੍ਹਨਾ ਮੇਰਾ ਦਿਲ ਏ ਕਸੀਦਾ ਸੁਣਾਉਣਾ ਇੱਕ ਅਤੇ ਕਸੀਦਾ ਮੇਰਾ ਦਿਲ ਏ ਮੈਂ ਪੰਜਾਂ ਕਸੀਦਿਆਂ ਜਿਹਾ ਤੁਹਾਨੂੰ ਇੱਕ ਕਸੀਦਾ ਸੁਣਾ ਤਾਰਫ ਦੀਆਂ 4 ਸਤਰਾਂ ਦਸਤੂਰੇ ਜ਼ਮਾਨਾ ਲੋਕ ਆਪਣੇ ਪੀਰਾਂ ਦੀ ਤਾਰੀਫ ਕਰਦੇ ਹਨ ਹੱਕ ਬਣਦਾ ਜਿਸਦਾ ਖਾਈਏ ਉਸਦਾ ਗਾਈ ਲੋਕ ਤਾਰੀਫ ਕਰਦੇ ਹਨ ਅਦਨਾਨ ਅਬਾਸ ਮੇਰੇ ਮੁਰਸ਼ਦ ਦੇ ਇਤਨੇ ਰਕਬੇ ਇਤਨੇ ਬੈਂਕ ਬੈਲੈਂਸ ਇਤਨੀਆਂ ਗੱਡੀਆਂ ਇਤਨੇ ਨੌਕਰ ਸਰਗੋਦੇ ਨੂੰ ਤੁਸੀਂ ਯਕੀਨਨ ਜਿਹੜੇ ਜ਼ਮੀਨ 'ਤੇ ਆ ਕੇ ਬੈਠੇ ਹੋ ਸਾਰੇ ਹਲਾਲ ਜ਼ਾਦੇ ਹੋ ਅਲੀ ਦੀ ਸ਼ਾਨ ਸੁਣਨ ਆਏ ਹੋ ਲੋਕ ਤਾਰੀਫ ਕਰਦੇ ਹਨ ਮੇਰੇ ਪੀਰ ਦੇ ਇਤਨੇ ਰਕਬੇ ਇਤਨੀਆਂ ਗੱਡੀਆਂ ਇਤਨੇ ਬੈਂਕ ਬੈਲੈਂਸ ਇਤਨੇ ਨੌਕਰ ਇਤਨੀਆਂ ਕੋਠੀਆਂ ਮਗਰ 7 ਬਲਾਕ ਕਿਰਦੋ ਪੇਸ਼ ਵਾਲਿਓ ਮੈਨੂੰ ਮਿੰਬਰ ਮੁਹੰਮਦ ਦੀ ਕਿਸਮ ਮੈਂ ਉਸ ਪੀਰ ਦੀ ਤਾਰੀਫ ਕਰਦਾ ਜਿਹੜਾ ਕਾਇਨਾਤ ਦੇ ਹਰ ਪੀਰ ਦਾ ਪੀਰ ਹੈ ਹੈਦਰੀ ਤੁਹਾਡੀਆਂ ਜ਼ਿੰਦਗੀ ਅੰਦਰਾਜ਼ ਆਪਣੇ ਬਾਦਸ਼ਾਹ ਦੀ ਆਪਣੇ ਰਾਜ਼ਕ ਆਪਣੇ ਮਾਲਕ ਬਲਕਿ ਕਿਉਂ ਨਾ ਆਖਾਂ ਆਪਣੀ ਜ਼ਿੰਦਗੀ ਦੇ ਮੁਕੰਮਲ ਕੰਟਰੋਲਰ ਅਲੀ ਬਾਦਸ਼ਾਹ ਦੀ ਸ਼ਾਨ 4 ਸਤਰਾਂ ਪੜ੍ਹਨੀਆਂ ਹਨ ਹੈ ਦੀ ਅਲੀ ਅਲੀ ਈਮਾਨ ਅਲੀ ਤੇ ਨਾਤ ਕੁਰਾਨ ਅਲੀ ਏ ਆਲਾ ਅਫਜ਼ਲ ਅਕਮਲ ਕਾਮਲ ਸ਼ੇਰੇ ਯਜ਼ਦਾਨ ਸਾਰੇ ਬੋਲੋ ਸ਼ੇਰੇ ਯਜ਼ਦਾਨ ਸ਼ੇਰੇ ਯਜ਼ਦਾਨ ਮਾਲਕ ਆਪਣੀ ਨੌਕਰੀ 'ਚ ਮਜ਼ੀਦ ਮੁਕਬੂਲ ਫਰਮਾਨ ਸ਼ੇਰੇ ਯਜ਼ਦਾਨ ਤੁਸਾਂ ਬੋਲਣਾ ਨਹੀਂ ਮੈਂ ਸਾਰਾ ਦਰੀ ਉੱਪਰ ਦੇ ਰਹਿਣਾ ਸ਼ੇਰੇ ਯਜ਼ਦਾਨ ਸ਼ਾਹ ਮਰਦਾਨ ਅਲੀ ਏ ਸਰਵਰ ਫਰਮਾਏ ਖੰਦਕ ਦੇ ਵਿੱਚ ਉਹ ਕੁੱਲੇ ਈਮਾਨ ਸ਼ਬੀਰ ਬਾਦਸ਼ਾਹ ਤੁਹਾਨੂੰ ਵਸਤੇ ਰੱਖਣ ਖੈਰਾਤ ਕੀ ਤਰਤੀਬ ਅਨੋਖੀ ਥੀ ਹੈਦਰ ਟਾਈਮ ਨਹੀਂ ਵਕਤ ਦੀ ਨਬਜ਼ਾਂ 'ਤੇ ਹੱਥ ਰੱਖੇ ਕੰਟਰੋਲ ਕਰੇ ਅਤੇ ਅਲੀ ਬਾਦਸ਼ਾਹ ਕਰੇ ਵਕਤ ਇਜਾਜ਼ਤ ਨਹੀਂ ਦਿੰਦਾ ਮੈਂ ਕਸੀਦੇ ਦੇ 2 ਜਾਂ 3 ਸ਼ੇਰ ਪੜ੍ਹਨੇ ਨੇ ਔਰ ਮੈਂ ਮੁਸਾਹਿਬ ਨਹੀਂ ਪੜ੍ਹਨਾ ਮੁਸਾਹਿਬ ਮੇਰੇ ਭਾਈ ਪੜ੍ਹ ਸਕਦਾ ਮੈਂ ਫਕਤ ਕਸੀਦਾ ਜਨਾਬ ਦੀ ਝੋਲੀ 'ਚ ਚੰਦ ਲਫਜ਼ਾਂ ਨੂੰ ਇਕੱਠੇ ਕਰਕੇ ਚੰਦ ਫੁੱਲਾਂ ਨੂੰ ਇਕੱਠੇ ਕਰਕੇ ਇੱਕ ਗੁਲਦਸਤੇ ਦੀ ਸ਼ਕਲ 'ਚ ਪਰੋ ਕੇ ਮੈਂ ਜਨਾਬ ਦੇ ਸਾਹਮਣੇ ਹੱਥ ਲਾ ਕਰਬਲਾ ਦਾ ਮੈਦਾਨ ਕਾਇਨਾਤ ਦਾ ਸਭ ਤੋਂ ਵੱਡਾ ਕਰੀਮ ਹੁਸੈਨ ਇਸ ਜ਼ਿਮਨ 'ਚ ਮੈਂ 4 ਸਤਰਾਂ ਪੇਸ਼ ਕਰਦਾ ਖੈਰਾਤ ਕੀ ਤਰਤੀਬ ਅਨੋਖੀ ਥੀ ਇਹ ਹੈਦਰ ਕਹਤੇ ਹੈ ਕਿ ਸਾਇਲ ਸੇ ਸਖਾ ਮੰਗ ਰਹਾ ਥਾ ਇੰਤਹਾਈ ਤਵਜੋ ਨਿਆਜ਼ ਹੁਸੈਨ ਖੈਰਾਤ ਕੀ ਤਰਤੀਬ ਅਨੋਖੀ ਥੀ ਹੈਦਰ ਕਹਤੇ ਹੈ ਕਿ ਸਾਇਲ ਸੇ ਸਖਾ ਮੰਗ ਰਹਾ ਥਾ ਔਰ ਸੁਣਤੇ ਹੈ ਸਦਾ ਬੰਦੋ ਨੇ ਮੰਗਾ ਹੈ ਖੁਦਾ ਸੇ ਕਰਬਲ ਮੇਂ ਤੋ ਬੰਦੇ ਸੇ ਖੁਦਾ ਮੰਗ ਰਹਾ ਥਾ ਵਾਹ ਵਾਹ ਹੱਥ ਬੁਲੰਦ ਕਰਕੇ ਹੈਦਰੀ ਸ਼ਬੀਰ ਬਾਦਸ਼ਾਹ ਤੁਹਾਨੂੰ ਵਸਰ ਮੁਰਸ਼ਦ ਦੁਆ ਫਰਮੇਸੋ ਮਾਲਕ ਸੇ ਤੇ ਕਾਮਲਾ ਤਾ ਫਰਮਾਏ ਕਰਬਲਾ ਦਾ ਮੈਦਾਨ ਬਤੂਲ ਦਾ ਬੱਚਰਾ ਘੋੜੇ ਦੀ ਜ਼ੀਨ ਤੇ ਇਹ ਜਿਹੜਾ ਕਸੀਦਾ ਪੜ੍ਹਦਾ ਪਿਆ ਮੇਰੀ ਜ਼ਾਕਰੀ 'ਚ ਇੰਝ ਕਸੀਦਾ ਹੈ ਇਹ ਜ਼ਾਕਰੀ 'ਚ ਮੈਨੂੰ ਮੇਰੀ 'ਚ ਇੰਝ ਪਸੰਦ ਕਸੀਦਾ ਹੈ ਜਿਵੇਂ ਕਾਇਨਾਤ ਦੇ ਵਲੀਆਂ 'ਚੋਂ ਅਲੀ ਬਾਦਸ਼ਾਹ ਪਸੰਦ ਹੈ ਤਵੱਜੋ ਕਰ ਸੋ ਅਤੇ ਦੁਆ ਜ਼ਰੂਰ ਦੇਸੋ ਅਗਰ ਮੇਰੇ ਲਫਜ਼ਾਂ ਦੇ ਨਾਲ ਸਫ਼ਰ ਕਰੇ ਸੋ ਅਤੇ ਮੈਂ ਜਨਾਬ ਦਾ ਮਮਨੂਨ ਹੋ ਸਾਂ ਕਾਨੂੰਨ ਆਈ ਅਸੂਲ ਆਈ ਇਹ ਤਰੀਕਾ ਹੀ ਮਾਲਕ ਦਰਜਾਤ ਬੁਲੰਦ ਫਰਮਾਵਣ ਮਲਕ ਮੁਖਤਾਰ ਹੁਸੈਨ ਖੋਖਰ ਸਾਹਿਬ
ਉਹ ਫਰਮੈਂਦੇ ਹਨ ਕਾਨੂੰਨ ਆਈ, ਅਸੂਲ ਆਈ, ਆਈਨ ਆਈ, ਲਾਹ ਆਈ। ਹਰ ਸਿਪਾਹੀ ਜੰਗ ਲੜਨ ਤੋਂ ਪਹਿਲੇ ਆਪਣਾ ਰੇਜ ਪੜ੍ਹੇ, ਆਪਣਾ ਤਾਰਫ ਕਰਾਵੇ। ਇਸੇ ਕਾਨੂੰਨ ਦੇ ਤਹਿਤ ਬਤੂਲ ਦਾ ਪੁੱਤਰ 9 ਲੱਖ ਫੌਜ ਦੀ ਅੱਖ ਚੱਕ ਪਾ ਕੇ ਫਰਮੈਂਦੇ ਨੇ ਮੈਨੂੰ ਸੁਝਾਣੋ, ਮੈਂ ਮੁਹੰਮਦ ਦੀ ਧੀ ਦਾ ਪੁੱਤਰ ਹਾਂ, ਮੈਂ ਅਲੀ ਦਾ ਪੁੱਤਰ ਹਾਂ, ਮੈਂ ਮੁਹੰਮਦ ਦਾ ਪੁੱਤਰ ਹਾਂ। ਉਮਰ ਇਬਨ ਸਾਦ ਵੇਖਿਆ ਤਾਂ ਬੇਸ਼ੱਕ ਬਹੁਤ ਬੜੇ ਖਾਨਦਾਨ ਦਾ ਫਰਦ ਹੈ, ਮਗਰ ਯਾਦ ਰੱਖ ਇਸ 9 ਲੱਖ ਫੌਜ 'ਤੇ ਕਬਜ਼ਾ ਸਾਡਾ ਹੈ। ਇੰਤਹਾਈ ਤਵੱਜੋ, ਬਿਲਕੁਲ ਤਸ਼ਰੀਹ ਨਹੀਂ। ਸਾਈਂ ਮਨਜ਼ੂਰ ਫਰਮੈਂਦੇ ਨੇ ਕਸੀਦਾ ਹੁੰਦਾ ਹੀ ਹੋਵੇ ਜਿਸ ਦੀ ਤਸ਼ਰੀਹ ਨਾ ਹੋਵੇ, ਜਿਹੜਾ ਕਸੀਦਾ ਆਪਣੀ ਤਸ਼ਰੀਹ ਖੁਦ ਕਰਦਾ ਜਾਏ। ਜਿਹਦਾ ਇਸ ਆਖਿਆ ਬਹੁਤ ਬੜੇ ਘਰ ਦਾ ਫਰਦ ਹੈ, ਮਗਰ ਇਸ 9 ਲੱਖ ਫੌਜ 'ਤੇ ਕਬਜ਼ਾ ਸਾਡਾ ਹੈ, ਇਸ ਵਾਂਦੇ ਦਰਿਆ 'ਤੇ ਕਬਜ਼ਾ ਸਾਡਾ ਹੈ। ਜਿਹਦਾ ਇਸ ਗੱਲ ਕੀਤੀ ਬਤੂਲ ਦਾ ਪੁੱਤਰ ਵੀ ਇਸਦੇ ਪਾਸੇ ਵੇਖ ਕੇ ਫਰਮੈਂਦੇ ਨੇ ਆਪਣੇ ਇਖਤਿਆਰਾਤ ਦੱਸੇ ਨਹੀਂ। ਆ ਮੈਂ ਦੱਸਾਂ, ਮੇਰੇ ਮਾਲਕ ਨੇ, ਮੇਰੇ ਖਾਲਕ ਨੇ, ਮੇਰੇ ਰਾਜ਼ਕ ਨੇ, ਮੇਰੇ ਬਾਲਕ ਨੇ ਹੁਸੈਨ ਇਬਨ ਅਲੀ ਨੂੰ ਕਿਆ ਇਖਤਿਆਰਾਤ ਦਿੱਤੇ। ਆਪਣਾ ਰਿਜ ਪੜਿਆ ਹੈ, ਆਪਣਾ ਤਾਰਫ ਇਹਨਾਂ ਲੋਕਾਂ ਦੇ ਸਾਹਮਣੇ ਕਰਾਇਆ ਹੈ। ਭਾਈ ਸਤੈਨ ਮਾਲਕ ਸੇ ਅਤੇ ਕਾਮਲਾ ਤਾਂ ਫਰਮਾਏ, ਇਜਾਜ਼ਤ ਹੋਵੇ ਤਾਂ ਮੈਂ ਕਸੀਦਾ ਸੁਣਾਵਾਂ ਜਨਾਬ। ਕਸੀਦਾ ਅੱਜ ਨਹੀਂ, ਫਨਾ ਕੁਦਸ਼ਤੇ ਬਕਾ ਮੇ ਉਤਾਰ ਦਿੱਤਾ ਹੈ, ਇਹ ਬੇਕਸੋਂ ਕੇ ਮੁਕੱਦਰ ਇਸ ਜਿਸ ਬਾਦਸ਼ਾਹ ਦੇ ਜ਼ਿਕਰ 'ਚ ਆਏ ਬੈਠੇ ਹੋ, ਇਸ 'ਚ ਕੋਈ ਸ਼ੱਕ ਹੀ ਨਹੀਂ, ਕਾਇਨਾਤ ਦੇ ਸਭ ਤੋਂ ਵੱਡੇ ਕਰੀਮ ਦਾ ਨਾਂ ਹੁਸੈਨ ਹੈ। ਬਲਕਿ ਇਹਦੀ ਕਿਉਂ ਨਾ ਆਖਾਂ, ਹਰ ਗੈਰਤਮੰਦ ਦਾ ਰਾਜ਼ਕ ਹੁਸੈਨ, ਹਰ ਗਯੂਰ ਦਾ ਪਾਲਕ ਹੁਸੈਨ, ਹਰ ਅਜ਼ਾਦਾਰ ਦਾ ਮਾਲਕ ਹੁਸੈਨ, ਸੱਚੀ ਮਾਂ ਦਾ ਸੱਚਾ ਪੁੱਤਰ ਹੁਸੈਨ। ਇਹਨਾਂ ਲੋਕਾਂ ਦੇ ਪਾਸੇ ਵੇਖ ਕੇ ਜਿਹੜਾ ਰਿਜ ਪੜਿਆ, ਜਿਹੜਾ ਤਾਰਫ ਕਰਾਇਆ ਹੈ, ਮੈਂ ਕਸੀਦੇ ਦੀ ਸ਼ਕਲ 'ਚ, ਇਜਾਜ਼ਤ ਹੈ ਜਨਾਬ। ਸਾਈਂ ਫਰਮੈਂਦੇ ਨੇ ਆ ਦਮ ਤੋਂ ਲੈ ਕੇ ਮਾਸ਼ਰ ਤਾਈ ਬਾਦਸ਼ਾਹ ਫਰਮੈਂਦੇ ਨੇ ਆ ਦਮ ਤੋਂ ਲੈ ਕੇ ਮਾਸ਼ਰ ਤਾਈ ਹਰ ਦੌਰ ਜ਼ਮਾਨਾ ਸਾਡਾ ਏ। ਤੁਹਾਡੀ ਜ਼ਿੰਦਗੀ, ਤੁਹਾਡੀ ਜ਼ਿੰਦਗੀ ਪਿੱਛੇ ਨਹੀਂ ਰਹਿਣਾ। ਇਮਾਮ ਹੁਸੈਨ ਬਾਦਸ਼ਾਹ ਤੁਹਾਨੂੰ ਵਸਦਿਆਂ ਰੱਖਣ, ਬਾਦਸ਼ਾਹ ਫਰਮੈਂਦੇ ਨੇ ਆ ਦਮ ਤੋਂ ਲੈ ਕੇ ਮਾਸ਼ਰ ਤਾਈ ਹਰ ਦੌਰ ਜ਼ਮਾਨਾ ਸਾਡਾ ਤੋ ਈਦ ਜਿਨਾ ਦਾ ਪਰਦਾ ਹੈ ਉਹ ਸਿਰਫ ਘਰਾਨਾ ਸਾਡਾ ਹੈ। ਨਹੀਂ, ਇਹ ਕਸੀਦਾ ਮੇਰੀ ਜ਼ਾਕਰੀ 'ਚ ਹੋਏ, ਮੈਨੂੰ ਮੈਂਬਰ ਮੁਹੰਮਦ ਦੀ ਕਸਮ, ਜਿਸ ਕਸੀਦੇ ਦੀ ਵਸਾਤਤ ਦੇ ਨਾਲ ਕਰੀਮੇ ਕਰਬਲਾ ਨੇ ਮੈਂ ਗਰੀਬ ਦੇ ਰਿਜ਼ਕ ਦੀ ਇਬਤਦਾ ਕੀਤੀ। ਅਤੇ ਜਿਵੇਂ ਤੁਸੀਂ ਥੱਕ ਕੇ ਸੁਣਦੇ ਪਏ, ਅਗਰ ਤੁਸੀਂ ਇਹਦੀ ਸੁਣਨਾ ਹੈ ਤਾਂ ਫਿਰ ਨਾ ਮੈਂ ਕਸੀਦਾ ਪੜ੍ਹਨਾ ਹੈ, ਅਤੇ ਚੂੰਕਿ ਤੁਸੀਂ ਚੁੱਪ ਹੋ ਤਾਂ ਮੈਂ ਇਤਨਾ ਜ਼ੋਰ ਕਿਉਂ ਲਾਵਾਂ, ਹੱਕ ਬਣਦਾ ਨਾ, ਠੀਕ ਹੈ ਨਾ। ਬਾਦਸ਼ਾਹ ਫਰਮੈਂਦੇ ਨੇ ਆ ਦਮ ਤੋਂ ਲੈ ਕੇ ਮਾਸ਼ਰ ਤਾਈ ਤਵੱਜੋ ਹੈ। ਬਸ ਪਹਿਲਾ ਸ਼ੇਰ ਜਨਾਬ ਦੀ ਨਜ਼ਰ ਮੁੱਦ ਅਤੇ ਹੁਸੈਨ ਦੀ ਪਹਿਲੀ ਸੀੜੀ 'ਤੇ ਕਦਮ ਪੇ ਰੱਖਦਾ। ਕਾਇਨਾਤ ਦੇ ਬਾਦਸ਼ਾਹ ਦਾ ਪਹਿਲਾ ਤਾਰਫ ਇੱਕ ਪਾਸੇ, ਪੂਰੀ ਕਾਇਨਾਤ ਇੱਕ ਪਾਸੇ। ਅਗਰ ਜਨਾਬ ਦੀ ਤਵੱਜੋ ਹੋਈ, ਬਤੂਲ ਦਾ ਬੱਚੜਾ ਇੱਥੇ ਆ ਕੇ ਬਾਹਵਣ ਦਾ ਮਕਸਦ ਪੂਰਾ ਨਾ ਕਰੇ ਤਾਂ ਫਿਰ ਆ ਕੇ ਬਾਹਵਣ ਦਾ ਮਕਸਦ ਹੀ ਕੋਈ ਨਹੀਂ। ਕਾਇਨਾਤ ਤੋਂ ਸਭ ਤੋਂ ਵੱਡਾ ਕਰੀਮ 9 ਲੱਖ ਫੌਜ ਦੀ ਆਖੀ ਚੱਕ ਪਾ ਕੇ ਫਰਮੈਂਦੇ ਨੇ ਯਾਦ ਰੱਖੋ ਮੇਰੇ ਦਰ ਤੇ ਫਰਿਸ਼ਤੇ ਆਉਂਦੇ ਨਹੀਂ 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 ਤੁਸੀਂ ਤਵੱਜੋ ਨਹੀਂ ਫਿਕਰਦੇ ਤੁਹਾਡੀ ਜ਼ਿੰਦਗੀ ਅੰਦਰਾਜ਼ ਨਹੀਂ। ਇਮਾਮ ਹੁਸੈਨ ਬਾਦਸ਼ਾਹ ਵਸਦੇ ਰੱਖਣ, ਬਤੂਲ ਦਾ ਬੱਚੜਾ 9 ਲੱਖ ਫੌਜ ਦੇ ਪਾਸੇ ਵੇਖ ਕੇ ਫਰਮੈਂਦੇ ਨੇ ਮੇਰੇ ਦਰ ਦੇ ਫਰਿਸ਼ਤੇ ਆਉਂਦੇ ਹਨ ਉਹ ਰੋਟੀਆਂ ਲੈ ਕੇ ਜਾਂਦੇ ਹਨ ਮੇਰੀ ਮਾਂ ਸ਼ਾਂਤ
تو بولے نہیں بتول دے پتر دا ترس نہیں جن کی بلا جن کی بلا مولا سلامت تواڑی دنیا دراز امام حسین بادشاہ بس رکھن توحید جنہ دا پردہ ہے او صرف گھرانہ بولو 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 او صرف گھرانہ کائنات دے بادشاہ فرمیندے نے میرے در تے فرشتے دستر خان اتے عرشاں تے کھانا ساڈا تہاڈی عظمت نوں سلام مالک سلامت رکھے امام حسین بادشاہ تنہ وسنے رکھے بتول دا پتر تہاڈی زندگی کرے کسے دے محتاج نہ ہوو امام حسین سرگو دیالے آؤ ذکر حسین دی قسم میں بالکل مطمئن ہوں میرا جی میں دل سی اس مقام تے تساں آ کے سنے مگر جڑے شعر دی خاطر میں قصیدہ شروع کیتا ہے ایک قصیدہ اے شعر اس نے متعلق میں ایک گزارش کردا رہنا کہ بندہ کھاوے حسین دی جتی دا صدقہ آ کے بوے مجلس حسین وچ بندہ زندہ ہووے میں شعر پڑا بندہ بولے نہیں مانک روح تخلیق کیتے ہی نہیں جڑا مکروز آل محمد ہے آمد سا آل محمد کی کیا شان ہے پہلا شعر پڑھیا جناب دے ذہن نو اپنے قریب لے کے آمد دے واسطے ممبر محمد دی قسم اس شعر تے گونگے بندے نہ بولن تے محمد دے بچنے دا ترس نہیں قصیدہ اس بادشاہ دا پیپڑ دا جڑا پتھراں نو زباناں عطا کردا ہے عمر ابن سعد ویکھیا دا حسین تو بھی عرب دا سردار ہے میں بھی عرب دا سردار ہاں تو بھی عرب دا سردار ہے میں بھی عرب دا سردار ہاں تو بھی عرب دا سردار ہے میں بھی عرب دا سردار ہاں تیری تے میری شان وچ کیڑا فرق ہے بتول دا بچڑا اس دے پاسے ویکھ کے فرمائیں دے نا کمینا تیری تے میری شان وچ زمین آسمان دا فرق ہے تیری تے میری شان وچ کمی تے سید دا فرق ہے تیری تے میری شان وچ نجاست تے طہارت دا فرق ہے اے حضرت تو بھی سردار ہے میں بھی سردار ہاں تو بھی سردار ہے میں بھی سردار ہاں تیری تے میری شان وچ کیڑا فرق ہے صبح تو لے کے ہن تک قصیدے پہ سن دیو منصف امام دے نوکر ہو حق ادا تسا کرنا ہے جدا کمی نے آکھیا تو بھی سردار ہے میں بھی سردار ہاں تیری تے میری شان وچ کیڑا فرق ہے بتول دا بچڑا اس کمی نے دی اکھی چا اکھ پا کے فرمے دے ہیں سفیان تو آڈا سایا ہے سر چاویں نے حسین میرے بادشاہ فرمیندے یاد رکھ سفیان تو آڈا سایا ہے میرا پیو عمران دا جایا تھوڑی زندگی دراہ پاک سیدہ سلامت امام حسین بادشاہ دی قسم جڑی سطر دا وعدہ کیتا ہے وہ میں پڑھی رہی اس سطر میں ہن پڑھنی تو میرے استاد محترم فرمیندے میں جملہ پہ پڑھدا تو جڑا بندہ ہن نہ بول سی میں توڑ آ کے سلام کر سکاں اگلی سطر تے پوری توجہ نے آدھے حسین جڑی سطر دا وعدہ کیتا میں سطر ہن پیش پہ کردا کمینا دے تو بھی سردار ہے میں بھی سردار ہاں تیری تے میری شان وچ کیڑا فرق ہے بتول دا بچڑا کمینے دی اکھی چک پا کے فرمیندے ہیں سفیان تو آڈا سایا ہے میرا پیو میرے نال نہیں رل سکدے اسا آدم آپ بنایا توحید جنہ دا پردہ ہے او صرف گھرانا او صرف گھرانا سارے بولو نیاد حسین او صرف گھرانا بادشاہ فرمیندے سفیان تو آڈا سایا ہے میرا پیو عمران دا جایا ہے تسا میرے نال نہیں
ਅਸਾਂ ਆਦਮ ਆਪ ਬਣਾਇਆ ਹੈ, ਜਿਹਦੇ ਸਦਕੇ ਦੁਨੀਆ ਖਲਕ ਹੋਈ। ਉਹ ਜਗ ਤੇ ਨਾਨਾ ਸਾਡਾ ਉਹਨਾਂ ਮਾਵਾਂ ਦੀ ਅਜ਼ਮਤ ਨੂੰ ਸਲਾਮ ਜਿਨ੍ਹਾਂ ਨਾਂ ਦੇ ਅਲੀ ਪੜ੍ਹ ਕੇ ਤੁਹਾਨੂੰ ਲੋਰੀਆਂ ਦਿੱਤੀਆਂ ਹਨ। ਆਖਰੀ ਸ਼ੇਰ ਜਿਹੜੇ ਅੱਬਾਸ ਬਾਦਸ਼ਾਹ ਦੇ ਨੌਕਰ ਬੈਠੇ, ਮੈਂ ਮੁਸਾਹਿਬ ਨਹੀਂ ਪੜ੍ਹਨਾ। ਆਖਰੀ ਫਜ਼ਾਇਲ ਦਾ ਸ਼ੇਰ ਔਰ ਦੱਸਣਾ ਚਾਹੁੰਦਾ ਕਿ ਬਤੂਲ ਦੇ ਪੁੱਤਰ ਨੂੰ ਉਮਲ ਬਨੀਨ ਦੇ ਬੱਚੜੇ ਤੇ ਨਾਜ਼ ਕਿਤਨੇ ਹਨ। ਸਰਗੋਦਿਆ ਨਿਆਦੇ ਹੁਸੈਨ ਦੋਵਾਂ ਸਤਰਾਂ ਤੇ ਪੂਰੀ ਤਵਜੋ ਨਿਆਦੇ ਹੁਸੈਨ, ਕਮੀਨਾ ਵੇਖ ਕੇ ਆਦਾ ਹੁਸੈਨ, 9 ਲੱਖ ਫੌਜ ਮੇਰੇ ਨਾਲ, 72 ਫੌਜੀ ਤੇਰੇ ਨਾਲ, ਮੈਂ ਕਿਉਂ ਨਾ ਆਖਾਂ ਬਤੂਲ ਦਾ ਮੁਤਮੈਨ ਬਚੜਾ। ਇਸ ਕਮੀਨੇ ਦੀ ਅੱਖੀ ਚੱਕ ਪਾ ਕੇ ਫਰਮਾਉਂਦੇ ਨੇ, ਕਮੀਨਾ ਇਸ 9 ਲੱਖ ਫੌਜ ਤੇ ਬੜਾ ਨਾਜ਼ ਹੈ। ਆਦਾ ਮੈਨੂੰ 9 ਲੱਖ ਫੌਜ ਤੇ ਬੜਾ ਨਾਜ਼ ਹੈ। ਜਿਹਦਾ ਇਸ ਆਖਿਆ ਮੈਨੂੰ 9 ਲੱਖ ਫੌਜ ਤੇ ਬੜਾ ਨਾਜ਼ ਹੈ, ਹੁਸੈਨ ਤੈਨੂੰ ਕਿਸ ਤੇ ਨਾਜ਼ ਹੈ? ਹੁਸੈਨ ਇਸ ਕਮੀਨੇ ਦੀ ਅੱਖੀ ਚੱਕ ਪਾ ਕੇ ਫਰਮਾਉਂਦੇ ਨੇ, ਮੈਂ ਰੱਬ ਦੀ ਰਜ਼ਾ ਤੇਰਾ ਜੀ ਹਾਂ, ਇਤਨਾ ਐਸਾ ਹੀ ਕਾਫੀ ਹੈ, 9 ਲੱਖ ਨੂੰ ਮਾਰ ਦੇ ਕੀਤੇ ਮੇਰਾ ਇੱਕ ਅੱਬਾਸੀ। ਛੱਡ ਛੱਡ।